ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਆਦਿ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਡੰਡੌਤ ਬੰਦਨ ਅਨਖ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੀਤੇ ਗੁਣੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖੱਤੀ ਫਿਰੇ ਨਿਤ ਪ੍ਰਤ ਸਦ ਭੁਲੀਐ ਮੋਹ ਮਗਨ ਵਿਕਰਾਲ ਮਾਇਆ ਤਉ ਪ੍ਰਸਾਦੀ ਕੂਲੀਐ ਲੂਕ ਕਰਤ ਵਿਕਾਰ ਬਿਖੜੇ ਪ੍ਰਭ ਨਿਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੋ ਕਾੜ ਬਵਜਲ ਫੇਰਿਆ ਮੰਗੂ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਚਰਨ ਤੁਮਾਰੇ ਹਿਰਦੇ ਵਾਸੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ ਸਵਸਥ ਵਿਵਸਥਾ ਹਰ ਕੀ ਸੇਵਾ ਮਦੇ ਅੰਤ ਪ੍ਰਭ ਜਾਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਹਾਂ ਤੁਮਰੀ ਕਰੋ ਨਿਤਿਆਸ ਪ੍ਰਭੂ ਮੋਹਿ ਕਾਬ ਗਲ ਲਾਵੋਂਗੇ ਹਾਂ ਤੁਮਰੀ ਕਰੋ ਨਿਤਿਆਸ ਪ੍ਰਭੂ ਮੋਹਿ ਕਾਬ ਗਲ ਲਾਵੋਂਗੇ ਤੁਮਰੀ ਕਰੋ ਨਿਤ ਆਸ ਪ੍ਰਭੂ ਮੋਹਿ ਕਾਬ ਗਲ ਲਾਵੋਂਗੇ ਹਾਂ ਤੁਮਰੀ ਕਰੋ ਨਿਤ ਆਸ ਪ੍ਰਭੂ ਮੋਹਿ ਕਾਬ ਗਲ ਲਾਵੋਂਗੇ ਕਬ ਗਲ ਲਾਵੋਂਗੇ ਪ੍ਰਭ ਮੋਹਿ ਕਬ ਗਲ ਲਾਵੋਂਗੇ
ਕਬ ਗੱਲ ਲਾਵਾਂਗੀ ਪ੍ਰਭ ਮੋਹਿ ਕਬ ਗੱਲ ਲਾਵਾਂਗੀ ਕਬ ਗੱਲ ਲਾਵਾਂਗੀ ਕਬ ਗੱਲ ਲਾਵਾਂਗੀ ਕਬ ਗੱਲ ਲਾਵਾਂਗੀ ਪ੍ਰਭ ਮੋਹਿ ਕਬ ਗੱਲ ਲਾਵਾਂਗੀ ਹਾਂ ਤੁਮਰੀ ਕਰੋ ਨਿਤ ਆਸ ਪ੍ਰਭੂ ਮੋਹਿ ਕਬ ਗੱਲ ਲਾਵਾਂਗੀ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵਾਂਗੀ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵਹਿਗੇ ਹਮ ਬਾਰਕ ਮੁਗਦਿਆਨ ਪਿਤਾ ਸਮਝਾਵਹਿਗੇ ਸੁਤ ਖਿਨ ਖਿਨ ਭੂਲ ਵਿਗਾਰ ਜਗਤ ਪਿਤ ਪਾਵਹਿਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਹਿਗੇ ਮੋਹਿ ਦੂਜੀ ਨਾਹੀ ਠੌਰ ਜਿਸ ਪੈ ਹਮ ਜਾਵਹਿਗੇ ਜੋ ਹਰ ਭਾਵ ਹੈ ਭਗਤ ਤਿਨਾ ਹਰ ਭਾਵ ਹੈਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵਹਿਗੇ ਹਰ ਆਪੇ ਹੋਏ ਕਿਰਪਾਲ ਆਪ ਲਿਵ ਲਾਵਹਿਗੇ ਜਨ ਨਾਨਕ ਸ਼ਰਨ ਦੁਆਰ ਹਰ ਲਾਜ ਰਖਾਵਹਿਗੇ ਮੈਂ ਕਰਦਾ ਸਾਂਝੀ ਕਦੋਂ ਗੱਲ ਲਾਵਾਂਗੇ ਮੈਂ ਕਰਦਾ ਸਾਂਝੀ ਕਦੋਂ ਗੱਲ ਲਾਵਾਂਗੇ ਕਰਦਾ ਆਸਾਂ ਜੀ ਕਦੋਂ ਗੱਲ ਲਾਵਾਂਗੇ ਮੈਂ ਕਰਦਾ ਆਸਾਂ ਜੀ ਕਦੋਂ ਗੱਲ ਲਾਵਾਂਗੇ ਮੈਂ ਕਰਦਾ ਆਸਾਂ ਜੀ ਕਦੋਂ ਗੱਲ ਲਾਵਾਂਗੇ ਕਰਦਾ ਆਸਾਂ ਜੀ ਕਦੋਂ ਗੱਲ ਲਾਵਾਂਗੇ
दर्शन प्यासी दिन सरात जितवो अन दिन नीत खोल कपट गुर मेलिया नानक हर संग मीत परम सत्कार योग गुरु सवारी साध संगत जी आप जितने भी माई भाई दुनियावी कमां कारां नूं संकोचदे हुए दूरों नेड़ियों चल करके चबर छत्र तख्त दे मालक तन तन साहिब श्री गुरु ग्रंथ साहिब महाराज जी दी पवित्र हजूरी दे विच हाजरियां पा रहे हो। सतगुरु जी दी पार बख्शे सदका आप सारियां संगतां काफ़ी समय तो गुरु बाबा जी दे इलाही दरगाही गुरबाणी दे अखंड जाप सरवण कीते ने उपरंत आज आप सारियां संगतां भोग उपरंत हरी जस और कीर्तन दा आनंद माण रहे हो। महापुरखां दी याद विच आपां सारे जुड़ बैठे हाँ। थोड़ा जिहा समय सारियां संगतां पाई इसे तरह मन नूं एकागर करके ख्यालां नूं बाहर जाण तों रोक के एकागर चित हो के बैठण दी कृपालता करो तां जो थोड़े समय दे विच असीं गुरु बाबा जी दियां विचारां महापुरखां दियां कथा कहानियां तों पूरा पूरा लाभ उठा सकीए। महापुरखां दी याद सत्कारयोग सचखंड वासी संत बाबा मेवा सिंह जी जिन्हां नूं संगत प्राप्त होई बड़े महापुरखां दी ओ राजे योगी महापुरख जिन्हां दा नाम लैण ते इह रसना पवित्र हो जांदी है। राजे योगी कारक महापुरख तन तन संत बाबा ईश्वर सिंह जी महाराज और तन तन संत बाबा किशन सिंह जी महाराज राड़ा साहिब वाले जिहड़ियां बीबियां दे पास पाई छोटे बच्चे ने वो इन्हां नूं चुप करवाउण दी कृपालता करो जां फिर दरबार साहिब तो थोड़ा जिहा बाहर उत्थे जाके बैठण दी कृपालता करो तां जो सारियां संगतां दी जो रस बनिया होया इस विच विघन ना पवे कागर चित हो के हाजरियां भरो। सतसंगत दे विच आए हाँ बड़ी दूरों दूरों चल के जेकर जिस मनोरथ वास्ते आए हाँ वो पूरा ना हो सकिया फिर सतसंगत विच आया दा कोई लाभ नहीं। मनोरथ की है साडा वाहिगुरु दे गुण गाउणे अवर काज तेरे कितै ना काम मिल साध संगत ਭਜ ਕੇਵਲ ਨਾਮ। ਮਹਾਂਪੁਰਖਾਂ ਦੀ ਸਾਧ ਸੰਗਤ ਜੀ ਯਾਦ ਵਿੱਚ ਜੁੜ ਬੈਠੇ ਹਾਂ ਜਿਨ੍ਹਾਂ ਮਹਾਂਪੁਰਖਾਂ ਦਾ ਆਪਾਂ ਨੇ ਜ਼ਿਕਰ ਕੀਤਾ ਵੱਡੇ ਔਰ ਛੋਟੇ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਸੰਗਤਾਂ ਉਹਨਾਂ ਦੀ ਨਾਮ ਦੀ ਕਮਾਈ ਬਾਰੇ ਉਹਨਾਂ ਦੀ ਉੱਚ ਅਵਸਥਾ ਬਾਰੇ ਪਲੀ ਪ੍ਰਕਾਰ ਜਾਣੂ ਨੇ ਇਹ ਕੋਈ ਦੱਸਣ ਵਾਲੀ ਗੱਲ ਨਹੀਂ ਕਿਉਂਕਿ ਉਹਨਾਂ ਮਹਾਂਪੁਰਖਾਂ ਦੀ ਵਡਿਆਈ ਤਾਂ ਚੌਹਾਂ ਯੁੱਗਾਂ ਦੇ ਵਿੱਚ ਪ੍ਰਗਟ ਹੋਈ ਹੋਈ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਹ ਕੁੰਠ ਜਾਤੇ। ਨਾਮ ਦੀਆਂ ਵਡਿਆਈਆਂ ਵਾਹਿਗੁਰੂ ਦਾ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਸੰਸਾਰ ਵਿੱਚ ਉਹਨਾਂ ਦਾ ਨਾਮ ਅੱਜ ਵੀ ਅਮਰ ਅਤੇ ਅਟੱਲ ਹੈ। ਜੇਕਰ ਦੇਖਿਆ ਜਾਵੇ ਸੰਸਾਰ ਵਿੱਚ ਵਿਚਾਰ ਕਰੀਏ ਆਪਾਂ ਸੰਸਾਰ ਹੈ ਕਿ ਗੁਰੂ ਜੀ ਫਰਮਾਉਂਦੇ ਨੇ ਮਿਰਤ ਮੰਡਲ ਜਗ ਸਾਜਿਆ ਜਿਉਂ ਬਾਲੂ ਕਰਬਾਰ ਬਿਨਸ ਦਵਾਰ ਨਾ ਲੱਗ ਗਈ ਜਿਉਂ ਕਾਗਦ ਬੂੰਦਾਰ।
ਸੰਸਾਰ ਤਾਂ ਸੁਪਨੇ ਦੀ ਨਿਆਈ ਹੈ, ਇਹ ਤਾਂ ਮ੍ਰਿਤੂ ਦਾ ਮੰਡਲ ਹੈ। ਜੈਸੇ ਸੁਪਨਾ ਰਹਿਣ ਕਾ ਤੈਸਾ ਇਹੋ ਸੰਸਾਰ, ਕਹੋ ਨਾਨਕ ਤਿਰਕਸ਼ ਨਹੀਂ ਸੁਪਨੇ ਜਿਉ ਸੰਸਾਰ। ਜਿਸ ਤਰ੍ਹਾਂ ਸੁਪਨਾ ਆਉਂਦਾ ਉਸੇ ਤਰ੍ਹਾਂ ਸੰਸਾਰ ਹੈ। ਪਤਾ ਹੀ ਨਹੀਂ ਲੱਗਦਾ ਕਿ ਸਮੇਂ ਸੰਸਾਰ ਤੋਂ ਚਲੇ ਜਾਣਾ ਹੈ, ਬੁਲਾਵਾ ਆ ਜਾਣਾ ਪਰਮੇਸ਼ਰ ਦਾ। ਜੇ ਦੇਖਿਆ ਜਾਵੇ ਸਾਰਾ ਸੰਸਾਰ ਕਾਲ ਦਾ ਖਾਜਾ ਹੈ, ਸਾਰਾ ਸੰਸਾਰ ਕਾਲ ਦੀ ਗ੍ਰਾਹੀ ਹੈ। ਇਸ ਦੀ ਬਾਬਤ ਹੀ ਤਨ ਦਸ਼ਮੇਸ਼ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ ਨੇ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਸ। ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵੀ ਫੁਰਮਾਨ ਹੈ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਬ੍ਰਹਮਾ ਵਿਸ਼ਨੂੰ ਔਰ ਸ਼ਿਵ ਜੀ। ਸੰਸਾਰ ਦੀ ਉਤਪਤੀ ਕਰਨ ਵਾਲੇ ਬ੍ਰਹਮਾ ਜੀ ਉਹ ਵੀ ਕਾਲ ਦੀ ਗ੍ਰਾਹੀ ਨੇ, ਕਾਲ ਦਾ ਖਾਜਾ ਨੇ। ਸੰਸਾਰ ਨੂੰ ਰੋਜ਼ੀ ਰੋਟੀ ਦੇਣ ਵਾਲੇ ਵਿਸ਼ਨੂੰ ਜੀ ਉਹ ਵੀ ਕਾਲ ਦੀ ਗ੍ਰਾਹੀ ਨੇ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ। ਔਰ ਸੰਸਾਰ ਦੀ ਜਿਨ੍ਹਾਂ ਦੀ ਸੇਵਾ ਹੈ ਪਰਮੇਸ਼ੁਰ ਵੱਲੋਂ ਲਾਈ, ਲੈ ਕਰਨਾ ਸੰਸਾਰ ਨੂੰ, ਸੰਸਾਰ ਤੋਂ ਲੈ ਜਾਣਾ ਸ਼ਿਵ ਜੀ, ਉਹ ਸ਼ਿਵ ਜੀ ਵੀ ਕਾਲ ਦੀ ਆਪ ਗ੍ਰਾਹੀ ਨੇ। ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਾਰਾ ਕਾਲ ਦਾ ਹੀ ਤਮਾਸ਼ਾ, ਹਰ ਪਾਸੇ ਦੇਖੋ ਕੋਈ ਨਾ ਕੋਈ ਸੰਸਾਰ ਤੋਂ ਜਾ ਰਿਹਾ। ਜਿਵੇਂ ਪਹਿਲਾਂ ਸ਼ਬਦ ਪੜ੍ਹੇ ਹੈ ਗੁਰਮੁਖ ਪਿਆਰਿਆਂ ਨੇ, ਐਸੋ ਇਹੋ ਸੰਸਾਰ ਪੇਖ ਨਾ ਰਹਿਣ ਨਾ ਕਉ ਪਈ ਹੈ ਰੇ। ਸੰਸਾਰ ਵਿੱਚ ਸਦਾ ਵਾਸਤੇ ਕੋਈ ਨਹੀਂ ਰਿਹਾ, ਸੂਧੇ ਸੂਧੇ ਰੇਗ ਚਲਹੋ ਤੁਮ ਨਤਰ ਕੁਤੱਕਾ ਦੀ ਵਈ ਹੈ ਰੇ। ਤਦੇ ਗੁਰੂ ਜੀ ਫਰਮਾਉਂਦੇ ਨੇ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਠ ਸਧਾਰੇ ਘਰ ਮੁਨ ਜਨ ਸੇਵਾ। ਪਰ ਸੰਸਾਰ ਦੇ ਲੋਕ ਆਪਣੇ ਆਪ ਨੂੰ ਸਦਾ ਵਾਸਤੇ ਸੰਸਾਰ 'ਤੇ ਰਹਿਣ ਵਾਲਾ ਮੰਨਦੇ ਨੇ, ਪਰ ਗੁਰੂ ਜੀ ਸਮਝਾਉਂਦੇ ਨੇ, ਐ ਜੀਵ ਇਹ ਤਾਂ ਸੰਸਾਰ ਸੁਪਨੇ ਦੀ ਨਿਆਈ ਹੈ, ਇਸਨੇ ਬਿਨ ਸਜਾਣੇ ਤੂੰ ਵਾਹਿਗੁਰੂ ਦਾ ਨਾਮ ਜਪ। ਆਓ ਸਾਰੀ ਸੰਗਤ ਇਕਾਗਰ ਚਿੱਤ ਹੋ ਕੇ ਭਾਈ ਰੌਲੇ ਤੋਂ ਸੰਕੋਚ ਕਰਕੇ, ਜਿਹੜੀ ਥੋੜ੍ਹੀ ਥੋੜ੍ਹੀ ਆਵਾਜ਼ ਆ ਰਹੀ ਹੈ ਇਸ ਤੋਂ ਵੀ ਭਾਈ ਸੰਕੋਚ ਕਰਕੇ, ਇੱਕ ਮਨ ਇੱਕ ਚਿੱਤ ਹੋ ਕੇ ਹਾਜ਼ਰੀਆਂ ਭਰੋ। ਔਰ ਰਸਨਾ ਦੀ ਪਵਿੱਤਰਤਾ ਸ਼ਬਦ ਵਿੱਚ ਬੋਲਦਿਆਂ ਹੈ, ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਪਾਸੇ ਸਾਰੇ ਭਾਈ, ਤੀਸਰੇ ਹਿੱਸੇ ਵਿੱਚ ਸਾਰੀਆਂ ਬੀਬੀਆਂ ਨੇ ਸ਼ਬਦ ਵਿੱਚ ਬੋਲ ਕੇ, ਧਾਰਨਾ ਵਿੱਚ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਔਰ ਸਫਲੀ ਬਣਾਉਣਾ ਹੈ। ਇਉਂ ਗੁਰੂ ਬਾਬਾ ਜੀ ਇਹ ਸੰਸਾਰ ਦੀ ਜੋ ਕਿ ਸੱਚਾਈ ਹੈ, ਮਰਨਾ ਸੱਚ ਜਿਉਣਾ ਝੂਠ, ਪਰ ਇਹ ਜੀਵ ਯਾਦ ਨਹੀਂ ਰੱਖਦਾ। ਗੁਰੂ ਜੀ ਇਸ ਨੂੰ ਵਾਰ ਵਾਰ ਯਾਦ ਕਰਵਾ ਰਹੇ ਨੇ, ਐ ਜੀਵ ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ, ਸੁਰ ਨਰ ਦੇਵਾ, ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ, ਸੁਰ ਨਰ ਦੇਵਾ, ਸਾਰੇ ਪੜਿਆ ਕਰੋ ਭਾਈ ਬੀਬੀ। ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ, ਸੁਰ ਨਰ ਦੇਵਾ, ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ, ਸੁਰ ਨਰ ਦੇਵਾ, ਸਤਿ ਸ਼੍ਰੀ ਅਕਾਲ।
नरदेवा सुर 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 नरदेवा रहन ना पावे जी सुर नर देवा सुर नर देवा रहन ना पावे जी सुर नर देवा सुर नर देवा वड़े वड़े अवतार संसार ते आए ऋषि मुनि आए पर धन गुरु तेग बहादुर महाराज जी हिंद धर्म दे रक्षक फुरमा रहे ने राम गयो रावण गयो जां को बहु परवार कहो नानक थिर कछ नहीं सुपने ज्यों संसार चिंता ता की कीजिए जो अनहोनी होए इहो मार्ग संसार को नानक थिर नहीं कोई कोई सदा वास्ते संसार ते नहीं रहा रहन न पावे सुर नर देवा ऊठ सधारे कर मुन जन सेवा गोयल आया गोयली क्या तिनाफ सार मोहलत पुनी चलना तू संभल कर वार हर गुण गाओ मना सतगुर सेव प्यार क्या थोरड़ी बात गुमान जैसे रैन परौने उठ चल से प्रभात जिस तरह मुसाफिर खाने बिच मुसाफिर आउंदा है रात कट के दिन चढ़दे नूं चलिया जांदा इस तरह है जीव है ये उम्र रात है जो कट्टण वास्ते संसार रूपी मुसाफिर खाने बिच आए जदों रात आयु मुक गई वो मौत दा दिन चढ़ गया जो सच है फिर संसार तो जाना पैणा ते सच्चाई की है कौन है जो संसार बिच अमर ते अटल रहिंदा है गुरु जी का अगला फुरमान जीवत पेखे जिनी हर हर ते आया जिन्ना ने जीवन विच रहिंदिया होया प्रभु दा नाम ते आया है जिन्ना ने जीवन विच रहिंदिया स्वास स्वास वाहिगुरु दा सिमरन कीता है जीवत पेखे जिनी हर हर ते आया साध संग तिनी दर्शन पाया उन्हां नूं संसार याद करदा है ਉਹ ਸਰੀਰ ਕਰਕੇ ਭਾਵੇਂ ਚਲੇ ਜਾਂਦੇ ਨੇ ਪਰ ਆਪਣੀ ਕਰਨੀ ਕਮਾਈ ਗੁਣਾ ਕਰਕੇ ਸੰਸਾਰ ਵਿੱਚ ਅਮਰ ਅਤੇ ਅਟਲ ਰਹਿੰਦੇ ਨੇ ਜਿਨ੍ਹਾਂ ਦੀ ਬਾਬਤ ਹੀ ਗੁਰੂ ਜੀ ਨੇ ਫਰਮਾਇਆ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਵੱਡੇ ਬੜੇ ਵੱਡੇ ਵੱਡੇ ਰਾਜੇ ਸੰਸਾਰ 'ਤੇ ਹੋ ਕੇ ਤੁਰ ਗਏ ਪਰ ਅੱਜ ਸੰਸਾਰ ਯਾਦਾਂ ਕਿਹਨਾਂ ਦੀਆਂ ਮਨਾ ਰਿਹਾ ਹੈ ਸੰਤਾਂ ਭਗਤਾਂ ਮਹਾਂਪੁਰਖਾਂ ਦੀਆਂ ਅੱਜ ਜਨਮ ਦਿਹਾੜੇ ਕਿੰਨਾ ਦੇ ਮਨਾਏ ਜਾ ਰਹੇ ਨੇ ਵਾਹਿਗੁਰੂ ਦੇ ਪਿਆਰਿਆਂ ਦੇ ਕਿੰਨਾ ਸਮਾਂ ਹੋ ਗਿਆ ਭਗਤ ਰਵਿਦਾਸ ਜੀ ਨੂੰ ਸੰਸਾਰ 'ਤੇ ਆਇਆਂ ਨੂੰ ਅੱਜ ਵੀ ਸਾਰਾ ਸੰਸਾਰ ਵਿਸ਼ਵ ਭਰ ਵਿੱਚ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ ਭਗਤ ਕਬੀਰ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਪਰੰਤ ਫਿਰ ਉਹਨਾਂ ਦੀਆਂ ਹੀ ਰੂਹਾਂ ਵਰੋਸਾਈਆਂ ਹੋਈਆਂ ਬਖਸ਼ੀਆਂ ਹੋਈਆਂ ਉਹਨਾਂ ਦੇ ਹੀ ਰੂਪ ਮਹਾਂਪੁਰਖ ਸੰਤ ਜਨ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਜਾਂ ਮਹਾਂਪੁਰਖ ਨਾਨਕ ਸਰ ਕਲੇਰਾਂ ਵਾਲੇ ਮਸਤੂਆਣਾ ਸਾਹਿਬ ਵਾਲੇ ਬਾਬਾ ਤ੍ਰਿਸਿੰਘ ਜੀ ਮਹਾਰਾਜ ਬੇਅੰਤ ਪੂਰਨ ਮਹਾਂਪੁਰਖ ਜਿਨ੍ਹਾਂ ਦਾ ਨਾਮ ਅੱਜ ਵੀ ਅਮਰ ਤੇ ਟਲ ਹੈ ਜਿਨ੍ਹਾਂ 'ਤੇ ਇਹ ਬਚਨ ਢੁੱਕਦੇ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਥ ਤਦੀ ਭਗਤ ਕਬੀਰ ਜੀ ਦਾ ਫੁਰਮਾਨ ਹੈ ਸੰਸਾਰ ਦੇ ਵਿੱਚ ਜੋ ਆਇਆ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਵਾਰੀ ਤਾਂ ਸਭ ਦੀ ਆਉਣੀ ਹੈ ਜਾਣਾ ਸਭ ਨੇ ਹੈ ਨਹਿ ਬਾਰਕ ਨਹਿ ਜੋਬ ਨੈ
ਨਹਿ ਬਿਰਦੀ ਕਸ਼ਬੰਦ ਉਹ ਵੇਲਾ ਨਹਿ ਬੂਝੀਏ ਜੋ ਆਏ ਪਰੈ ਜਮ ਫੰਦ ਬਾਰੇ ਬੂਢੇ ਤਰੁਣੇ ਪਈਆ ਸਭ ਹੂੰ ਜਮ ਲੈ ਜਈ ਹੈ ਰੇ ਕਾਲ ਭਾਵੇਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਭਾਵੇਂ ਬੱਚੇ ਭਾਵੇਂ ਬੁੱਢੇ ਅਮੀਰ ਹੈ ਗਰੀਬ ਹੈ ਧਨਵੰਤਾ ਅਰ ਨਿਰਤਰ ਮਨੋਈ ਤਾਂ ਕਿ ਕਛੂ ਨਾ ਕਾਨੀ ਰੇ ਉਸਨੇ ਇਉਂ ਨਹੀਂ ਦੇਖਣਾ ਕਿ ਇਹ ਅਮੀਰ ਹੈ ਇਹ ਗਰੀਬ ਹੈ ਧਨਵੰਤਾ ਧਨਵਾਨ ਅਮੀਰ ਨਿਰਧਨ ਗਰੀਬ ਤਾਂ ਕਿ ਕਛੂ ਨਾ ਕਾਨੀ ਰੇ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਵਡਾਨੀ ਰੇ ਕਾਲ ਕਿਸੇ ਦੀ ਕਿਸੇ ਵੀ ਉਮਰ ਦੀ ਲਿਹਾਜ਼ ਨਹੀਂ ਕਰਦਾ ਸਮਾਂ ਆਉਣ 'ਤੇ ਉਹ ਤਾਂ ਲੈ ਜਾਂਦਾ ਹੈ ਨਹਿ ਬਾਰਕ ਨਹਿ ਜੋਬ ਨੈ 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 ਨਹਿ ਬਿਰਦੀ ਕਛਬੰਦ ਨਹਿ ਬਾਰਕ ਨਹਿ ਜੋਬ ਨੈ ਨਹਿ ਬਾਰਕ ਨਹਿ ਜੋਬ ਨੈ ਨਹਿ ਬਿਰਦੀ ਕਛ ਬੰਦ ਨਹਿ ਬਾਰਕ ਨਹਿ ਜੋਬ ਨੈ ਨਹਿ ਬਾਰਕ ਨਹਿ ਜੋਬ ਨੈ ਨਹਿ ਜੋਬ ਨੈ ਨਹਿ ਬਿਰਦੀ ਕਛਬੰਦ ਉਹ ਵੇਲਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਦ ਭਗਤ ਕਬੀਰ ਜੀ ਨੂੰ ਪੁੱਛਿਆ ਗਿਆ ਗਰੀਬ ਨਵਾਜ ਕੋਈ ਐਸਾ ਵੀ ਹੈ ਜਿਹੜਾ ਮੌਤ ਦੀਆਂ ਅੱਖਾਂ ਦੇ ਵਿੱਚ ਧੂੜ ਪਾ ਦਿੰਦਾ ਹੈ ਜਿਸ ਨੂੰ ਸਾਰਾ ਸੰਸਾਰ ਰਹਿ ਦੀ ਦੁਨੀਆ ਤੱਕ ਯਾਦ ਕਰਦਾ ਭਗਤ ਜੀ ਕਹਿਣ ਲੱਗੇ ਹਾਂ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਵੇ ਨਾ ਕਬਹੂੰ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਹਰੀ ਦੇ ਸੇਵਕ ਹਰੀ ਦੇ ਪਿਆਰੇ ਸੰਤ ਜਨ ਸੰਤ ਕਿਸ ਨੂੰ ਆਖਦੇ ਨੇ ਅੱਜ ਦੇ ਕਲਯੁੱਗ ਦੇ ਸਮੇਂ ਦੇ ਵਿੱਚ ਸੰਤ ਸ਼ਬਦ ਸੁਣ ਕੇ ਹੀ ਸਾਧ ਸੰਗਤ ਜੀ ਕਈ ਕ੍ਰੋਧ ਦੇ ਵਿੱਚ ਆ ਜਾਂਦੇ ਨੇ ਕਿ ਸੰਤ ਤਾਂ ਕੋਈ ਹੁੰਦੇ ਹੀ ਨਹੀਂ ਨਾ ਕੋਈ ਸਾਧੂ ਹੁੰਦੇ ਨੇ ਪਰ ਗੁਰੂ ਜੀ ਤੋਂ ਜੇਕਰ ਬੇਨਤੀ ਕਰੀਏ ਮਹਾਰਾਜ ਗਰੀਬ ਨਿਵਾਜ ਸੰਤ ਕੌਣ ਹੁੰਦੇ ਨੇ ਅਤੇ ਫਿਰ ਗੁਰੂ ਜੀ ਪ੍ਰੇਮ ਨਾਲ ਫਰਮਾਉਂਦੇ ਨੇ ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਜਿਨ੍ਹਾਂ ਨੂੰ ਕਦੇ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ ਆਏ ਤਾਂ ਸੰਸਾਰ ਵਿੱਚ ਅਸੀਂ ਵੀ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਹਾਂ ਪੰਚਮ ਪਾਤਸ਼ਾਹ ਦਾ ਫੁਰਮਾਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੁਰੂ ਜੀ ਦਾ ਸਾਨੂੰ ਵੀ ਫੁਰਮਾਨ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਕਿ ਭਾਈ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰੋ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਪਰ ਅਸੀਂ ਕਲਯੁਗੀ ਜੀਵ ਹਾਂ ਸਵਾਸ ਸਵਾਸ ਨਾਮ ਨਹੀਂ ਜਪਦੇ ਪਰ ਜਿਹੜੇ ਇਹਨਾਂ ਬਚਨਾਂ 'ਤੇ ਪਹਿਰਾ ਦਿੰਦੇ ਨੇ ਜਿਨ੍ਹਾਂ ਦੀ ਇਹ ਵਸਤ ਹੈ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਓ ਜਿਨ੍ਹਾਂ ਦੀ ਦਿਨ ਰਾਤ ਲਿਵ ਜੁੜੀ ਰਹਿੰਦੀ ਹੈ ਅਕਾਲ ਪੁਰਖ ਨਾਲ ਹਰ ਸਮੇਂ
ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਹੁਣ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ ਉਹਨਾਂ ਨੇ ਪੂਰਨ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ, ਪੂਰਨ ਮਹਾਂਪੁਰਖਾਂ ਦੀ, ਜਿਨ੍ਹਾਂ ਦੀ ਸੰਗਤ ਕਰਕੇ ਪਤਾ ਹੀ ਨਹੀਂ ਕਿਤਨੇ ਕੁ ਅੱਗੇ ਮਹਾਂਪੁਰਖ ਬਣ ਗਏ, ਕੋਈ ਗਿਣਤੀ ਨਹੀਂ। ਚੰਦਨ ਕਾ ਵਿਰਵਾ ਪਲਾ ਬੇੜਿਓ ਢਾਕ ਪਲਾਸ ਓਏ ਪੀ ਚੰਦਨ ਹੋਏ ਰਹਿ ਬਸੈ ਜੋ ਚੰਦਨ ਪਾਸ। ਪਹਿਲੀ ਗੱਲ ਤਾਂ ਬ੍ਰਹਿਮ ਗਿਆਨੀ ਮਹਾਂਪੁਰਖ ਹੀ ਨਹੀਂ ਸੰਸਾਰ ਦੇ ਵਿੱਚ ਮਿਲਦੇ, ਬ੍ਰਹਿਮ ਗਿਆਨੀ ਕਾ ਦਰਸ ਵਡ ਭਾਗੀ ਪਾਈ ਹੈ, ਉਹ ਵੀ ਵੱਡੇ ਭਾਗਾਂ ਨਾਲ ਕਿਤੇ ਕਿਸੇ ਨੂੰ ਦਰਸ਼ਨ ਹੁੰਦੇ ਨੇ, ਜੇਕਰ ਮਿਲ ਜਾਣ ਉਹੀ ਹੁੰਦੇ ਨੇ, ਉਹਨਾਂ ਤੋਂ ਕੋਈ ਹੋਰ ਅੱਗੇ ਮਹਾਂਪੁਰਖ ਨਹੀਂ ਬਣਦਾ। ਪਰ ਸਾਡੇ ਮਹਾਂਪੁਰਖ ਰਾੜਾ ਸਾਹਿਬ ਵਾਲੇ ਇਹੋ ਜਿਹੇ ਮਹਾਨ ਪੁਰਖ ਸਨ, ਉਹ ਆਪ ਵੀ ਬ੍ਰਹਿਮ ਗਿਆਨੀ ਕਾਰਕ ਮਹਾਂਪੁਰਖ ਅੱਗੇ ਵੀ ਬ੍ਰਹਿਮ ਗਿਆਨੀ ਬਣਾਉਣ ਵਾਲੇ ਸਨ। ਆਖੋ ਸਤਨਾਮ ਸ੍ਰੀ, ਅੱਗੇ ਵੀ ਉਹਨਾਂ ਨੇ ਬ੍ਰਹਿਮ ਗਿਆਨੀ ਬਣਾਇਆ, ਹੋਰਾਂ ਨੂੰ ਜੋੜਿਆ, ਕੋਈ ਗਿਣਤੀ ਨਹੀਂ। ਜਥੇਦਾਰ ਸਾਹਿਬ ਜੀ ਬਾਬਾ ਮਹਿੰਦਰ ਸਿੰਘ ਜੀ ਜਰਗ, ਜਿਨ੍ਹਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ, ਉਹਨਾਂ ਦੇ ਨਾਲ ਜਰਗ ਸਾਹਿਬ ਵਿਖੇ ਬੜਾ ਲੰਮਾ ਸਮਾਂ ਰਹੇ ਬਾਬਾ ਮੇਵਾ ਸਿੰਘ ਜੀ, ਤਦੇ ਕੱਲ੍ਹ ਵੀ ਮਹਾਂਪੁਰਖ ਸਤਿਕਾਰਯੋਗ ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾੜਾ ਸਾਹਿਬ ਜਰਗ ਵਾਲੇ, ਉਹ ਵੀ ਹਾਜ਼ਰੀ ਲਵਾ ਕੇ ਗਏ ਨੇ, ਪਰੰਤ ਸਤਿਕਾਰਯੋਗ ਸੰਤ ਬਾਬਾ ਬਲਜਿੰਦਰ ਸਿੰਘ ਜੀ ਮੌਜੂਦਾ ਮੁਖੀ ਮਹਾਂਪੁਰਖ ਰਾੜਾ ਸਾਹਿਬ ਵਾਲੇ, ਉਹ ਵੀ ਕੱਲ੍ਹ ਹਾਜ਼ਰੀ ਭਰ ਕੇ ਗਏ ਨੇ। ਕਹਿਣ ਤੋਂ ਭਾਵ ਮਹਾਂਪੁਰਖਾਂ ਦੀ ਅਵਸਥਾ ਸਾਧ ਸੰਗਤ ਜੀ, ਉਹ ਸਦਾ ਹੀ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ, ਉਹਨਾਂ ਨੂੰ ਕਦੇ ਵਾਹਿਗੁਰੂ ਵਿਸਰਦਾ ਨਹੀਂ ਛਿਣ ਮਾਤਰ ਦੇ ਲਈ। ਤਦੇ ਜਥੇਦਾਰ ਸਾਹਿਬ ਜੀ ਆਪ ਇਹ ਧਾਰਨਾ ਮਹਾਂਪੁਰਖਾਂ ਦੀ ਯਾਦ ਵਿੱਚ ਪੜ੍ਹਿਆ ਕਰਦੇ। ਮਹਾਂਪੁਰਖ ਕਹਿੰਦੇ ਨੇ ਉਹਨਾਂ ਮਹਾਂਪੁਰਖਾਂ ਨੂੰ, ਉਹਨਾਂ ਸਾਧੂਆਂ ਨੂੰ ਜਿਹੜੇ ਸਦਾ ਹੀ ਅਕਾਲ ਪੁਰਖ ਦੇ ਰੰਗ ਦੇ ਵਿੱਚ ਜੁੜੇ ਰਹਿੰਦੇ ਨੇ, ਜਿਨ੍ਹਾਂ ਨੂੰ ਕਦੇ ਵਾਹਿਗੁਰੂ ਵਿਸਰਦਾ ਨਹੀਂ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵੀ ਹੋਣਾ ਚਾਹ ਤ੍ਰਿਕੋ ਕਿਉਂ ਕਰ ਤ੍ਰਿਪਤਾਵੇ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਅਤੇ ਮਹਾਂਪੁਰਖ ਵੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦੇ। ਆਓ ਸਾਰੇ ਪੜ੍ਹੋ ਮਹਾਂਪੁਰਖਾਂ ਦੀ ਅਵਸਥਾ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ, ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ ਰੱਬਾ ਤੇਰੇ ਪਿਆਰਿਆਂ ਦੀ। ਰੱਬਾ ਤੇਰੇ ਹਾਂ ਪਿਆਰਿਆਂ ਦੀ,
ਰੱਬਾ ਤੇਰੇ ਜੀ ਪਿਆਰਿਆਂ ਦੀ ਰੱਬਾ ਤੇਰੇ ਹਾਂ ਸਾਧੂਆਂ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ ਜਿਨ੍ਹਾਂ ਵਿਸਰੇ ਨਾਮ ਸੀ ਕਨੇਹਿਆ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਕਦੇ ਉਹ ਕਿਹੋ ਜਿਹੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫੁਰਮਾਨ ਭੇਦ ਨਾ ਜਾਣ ਉਹ ਮੂਲ ਸਾਈ ਜਿਹਾ ਉਹ ਰੱਬ ਦਾ ਹੀ ਰੂਪ ਨੇ ਸੰਤ ਜਨ ਸੰਤ ਅਨੰਤ ਹੈ ਅੰਤਰ ਨਾਹੀ ਹਰ ਹਰ ਜਨ ਦੁਈ ਏਕ ਹੈ ਬਿਵ ਵਿਚਾਰ ਕਛ ਨਾਹੀ ਜਲ ਤੇ ਉਬਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੀ ਜਿਸ ਤਰ੍ਹਾਂ ਸਮੁੰਦਰ ਅਤੇ ਸਮੁੰਦਰ ਦੀਆਂ ਲਹਿਰਾਂ ਸੋਨਾ ਅਤੇ ਸੋਨੇ ਦੇ ਬਣੇ ਗਹਿਣੇ ਇਸੇ ਤਰ੍ਹਾਂ ਪਰਮੇਸ਼ਰ ਅਤੇ ਪਰਮੇਸ਼ਰ ਦੇ ਪਿਆਰੇ ਸੰਤ ਰਾਮ ਹੈ ਇੱਕੋ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਇੱਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਕਾ ਨਾਉਂ ਬਿਵੇਕੋ ਉਹ ਸੰਤ ਜਨ ਕੋਈ ਆਮ ਦੁਨਿਆਵੀ ਜੀਵਾਂ ਵਾਂਗ ਨਹੀਂ ਹੁੰਦੇ ਉਹਨਾਂ ਦੇ ਵਿੱਚ ਕੋਈ ਗੁਣ ਹੁੰਦੇ ਨੇ ਉਹ ਗੁਣ ਕਿਹੋ ਜਿਹੇ ਹੁੰਦੇ ਨੇ ਭਾਵੇਂ ਉਹਨਾਂ ਗੁਣਾਂ ਦੀ ਅਸੀਂ ਗਿਣਤੀ ਨਹੀਂ ਕਰ ਸਕਦੇ ਪਰ ਜਿਸ ਤਰ੍ਹਾਂ ਗੁਰੂ ਜੀ ਦਾ ਫੁਰਮਾਨ ਹੈ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਹ ਕਿਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਜਿਵੇਂ ਮਨ ਹੈ ਉਸ ਤਰ੍ਹਾਂ ਉਹਨਾਂ ਦਾ ਮੁਖ ਹੈ ਉਹ ਦਿਲੋਂ ਸੱਚੇ ਨੇ ਉਹਨਾਂ ਦੀ ਪ੍ਰੀਤੀ ਸੱਚੀ ਹੈ ਗੁਰੂ ਦੇ ਨਾਲ ਅਤੇ ਸਾਡੀ ਪ੍ਰੀਤੀ ਕਿਹੋ ਜਿਹੀ ਹੈ ਦੁਨਿਆਵੀ ਲੋਕਾਂ ਦੀ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ ਮਨ ਵਿੱਚ ਪ੍ਰੀਤੀ ਨਹੀਂ ਉੱਪਰੋਂ ਉੱਪਰੋਂ ਹੀ ਅਸੀਂ ਦਿਖਾਵਾ ਕਰਦੇ ਹਾਂ ਭਗਤ ਫਰੀਦ ਸਾਹਿਬ ਜੀ ਦਾ ਫੁਰਮਾਨ ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ ਸਾਡੀ ਤਾਂ ਇਹ ਹਾਲਤ ਪ੍ਰੀਤੀ ਤੇਰੇ ਮੁੱਖੋਂ ਗੰਢ ਲਾਉਣਾ ਹੈ ਮਨ ਵਿੱਚ ਨਾ ਪ੍ਰੀਤੀ ਤੇਰੇ ਮੁੱਖੋਂ ਗੰਢ ਲਾਉਣਾ ਹੈ ਮਨ ਵਿੱਚ ਨਾ ਪ੍ਰੀਤੀ ਤੇਰੇ ਮਨ ਵਿੱਚ ਨਾ ਪ੍ਰੀਤੀ ਤੇਰੇ ਮਨ
ਵਿੱਚ ਨਾ ਪ੍ਰੀਤੀ ਤੇਰੇ, ਮਨ ਵਿੱਚ ਨਾ ਪ੍ਰੀਤੀ ਤੇਰੇ, ਮਨ ਵਿੱਚ ਨਾ ਪ੍ਰੀਤੀ ਤੇਰੇ। ਨਾ ਪ੍ਰੀਤੀ ਤੇਰੇ, ਮੁਖੋਂ ਗੰਡ ਲਾਉਣਾ ਹੈ ਮਨ ਵਿੱਚ ਨਾ ਪ੍ਰੀਤੀ ਤੇਰੇ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ, ਜਿਨ ਨਾਮ ਤੇ ਪੋਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ ਸੇ, ਤਿਨ ਧਨ ਜਣੇ ਦੀ ਮਾਉ ਆਏ ਸਫਲ ਸੇ। ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨਹਿ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦੈ ਖੈਰ ਦੀਜੈ ਬੰਦਗੀ। ਉਹਨਾਂ ਦੀ ਪ੍ਰੀਤੀ ਕਿਹੋ ਜਿਹੀ ਹੁੰਦੀ ਹੈ ਪਰਮੇਸ਼ੁਰ ਨਾਲ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ। ਹੇ ਅਕਾਲ ਪੁਰਖ ਵਾਹਿਗੁਰੂ, ਜੇਕਰ ਤੁਸੀਂ ਬੱਦਲ ਹੋ ਅਸੀਂ ਤੁਹਾਡੇ ਮੋਰ ਹਾਂ, ਜੇਕਰ ਤੁਸੀਂ ਤੀਰਥ ਹੋ ਅਸੀਂ ਤੁਹਾਡੇ ਯਾਤਰੀ ਹਾਂ। ਜੋ ਤੁਮ ਤੀਰਥ ਤੋ ਹਮ ਜਾਤੀ, ਕੈਸੇ ਭਗਤ ਰਵਿਦਾਸ ਜੀ ਦਾ ਕਮਾਲ ਦਾ ਬਚਨ ਹੈ, ਮਾਧਵੇ ਤੁਮ ਨਾ ਤੋਰ ਹੋ ਤੋ ਹਮ ਨਹੀਂ ਤੋਰੈ, ਤੁਮ ਸਿਉ ਤੋਰ ਕਵਨ ਸਿਉ ਜੋਰੈ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਸੱਚੀ ਪ੍ਰੀਤ ਉਹਨਾਂ ਨੇ ਲਾਈ, ਜੋ ਵੀ ਆਇਆ ਸਭ ਕੁਝ ਸੌਂਪ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਹੇ ਵਾਹਿਗੁਰੂ, ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਸਭ ਕੁਝ ਤੇਰਾ। ਤਨ ਮਨ ਤਨ ਸਭ ਸੌਮ ਗੁਰੂ ਕੋ ਹੁਕਮ ਮੰਨਿਆ ਪਾਈਏ, ਹੁਕਮ ਮੰਨੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਅਤੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੱਚੀ ਪ੍ਰੀਤੀ ਪਾਈ, ਉਹਨਾਂ ਨੂੰ ਸੰਸਾਰ ਅੱਜ ਯਾਦ ਕਰ ਰਿਹਾ। ਕਿਸੇ ਨੂੰ ਕੁਝ ਪਤਾ ਨਹੀਂ ਅੱਗੇ ਕੀ ਹੋਣਾ, ਪਰ ਉਹ ਤ੍ਰਿਕਾਲ ਦਰਸ਼ੀ ਮਹਾਂਪੁਰਖ ਸਨ ਜਿਨ੍ਹਾਂ ਦੀ ਸੰਗਤ ਬਾਬਾ ਮੇਵਾ ਸਿੰਘ ਜੀ ਨੇ ਕੀਤੀ, ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲੀ। ਕਿਸ ਤਰ੍ਹਾਂ ਦੇ ਤ੍ਰਿਕਾਲ ਦਰਸ਼ੀ, ਜਿਨ੍ਹਾਂ ਨੂੰ ਤਿੰਨਾਂ ਲੋਕਾਂ ਦੀ ਸੂਝ ਬੂਝ ਸੀ, ਜਿਨ੍ਹਾਂ ਨੂੰ ਪਿੱਛੇ ਕੀ ਹੋਇਆ ਔਰ ਅੱਗੇ ਕੀ ਹੋਵੇਗਾ ਅਤੇ ਹੁਣ ਕੀ ਹੋ ਰਿਹਾ ਹੈ, ਪਾਸਟ ਵਿੱਚ ਉਹਦੀ ਵੀ ਸਾਰੀ ਨੌਲੇਜ, ਫਿਊਚਰ ਵਿੱਚ ਕੀ ਅੱਗੇ ਹੋਵੇਗਾ, ਪ੍ਰੈਜੈਂਟ ਵਿੱਚ ਕੀ ਹੋ ਰਿਹਾ ਹੈ, ਸਾਰਾ ਕੁਝ ਸਾਧ ਸੰਗਤ ਜੀ ਉਹਨਾਂ ਤੋਂ ਕੁਝ ਦੂਰ ਨਹੀਂ ਸੀ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹਨਾਂ ਦੇ ਬਚਨ ਜੇਕਰ ਅੱਜ ਵੀ ਸਰਵਣ ਕਰ ਲਈਏ, ਕਈ ਮਨ ਵਿੱਚ ਸ਼ੰਕਾ ਲਿਆਉਂਦੇ ਨੇ ਜੀ, ਕਿਸ ਤਰ੍ਹਾਂ ਉਹਨਾਂ ਨੂੰ ਸੋਝੀ ਸੀ। ਪਿੱਛੇ ਜੇ ਇੱਕ ਕੋਈ ਗੁਰੂ ਕੇ ਨਿੰਦਕ ਕਹਿ ਰਹੇ ਸਨ ਕਿ ਮਹਾਂਪੁਰਖ ਆਖ ਦਿੰਦੇ ਨੇ ਗੁਰੂ ਪੀਰ ਅਵਤਾਰਾਂ ਨੂੰ, ਇਸ ਤਰ੍ਹਾਂ ਤਿੰਨਾਂ ਲੋਕਾਂ ਦੀ ਸੂਝ ਹੋਇਆ ਕਰਦੀ ਹੈ ਜਿਸ ਤਰ੍ਹਾਂ ਹੱਥ 'ਤੇ ਔਲਾ ਪਿਆ ਹੋਵੇ। ਇਹ ਗੱਲ ਵਿੱਚ ਕੋਈ ਅਤਕਥਨੀ ਨਹੀਂ, ਗੁਰੂ ਜੀ ਦੇ ਆਪਣੇ ਬਚਨ ਨੇ, ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਕਾ ਅੰਤਰਜਾਮੀ। ਅੰਤਰਜਾਮੀ ਹੈ ਵਾਹਿਗੁਰੂ, ਉਸਦੇ ਪਿਆਰੇ ਅੰਤਰਜਾਮੀ ਨੇ, ਮਹਾਂਪੁਰਖ ਅੰਤਰਜਾਮੀ ਨੇ, ਕਿਉਂਕਿ ਪਰਮੇਸ਼ਰ ਅਤੇ ਪਿਆਰਿਆਂ ਵਿੱਚ ਕੋਈ ਫਰਕ ਨਹੀਂ। ਫਿਰ ਕਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ? ਮਹਾਂਪੁਰਖ ਜਦ ਆਪ ਰੱਬ ਨੇ, ਆਪ ਪਰਮੇਸ਼ਰ ਨੇ, ਕਿਸ ਤਰ੍ਹਾਂ ਅਸੀਂ ਕਹਿ ਦਈਏ ਕਿ ਉਹ ਅਕਾਲ ਪੁਰਖ ਦਾ ਰੂਪ ਨਹੀਂ ਹੁੰਦੇ? ਕਹਿਣ ਤੋਂ ਭਾਵ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਉਹ ਵੀ ਤ੍ਰਿਕਾਲ ਦਰਸ਼ੀ ਮਹਾਂਪੁਰਖ ਸਨ ਜਿਨ੍ਹਾਂ ਨੂੰ ਸਭ ਕੁਝ ਪਤਾ ਸੀ ਅੱਗੇ ਕੀ ਹੋਣਾ,
ਸਾਰਾ ਜੀਵਨ ਨਿਰੋਲ ਕੀਰਤਨ ਦੁਆਰਾ ਸੰਗਤਾਂ ਨੂੰ ਜੋੜਿਆ। ਅੱਜ ਵੀ ਸਰਵਣ ਕਰ ਲਈਏ ਮਹਾਂਪੁਰਖਾਂ ਦੇ ਬਚਨ। ਆਡੀਓ ਕੈਸਟਾਂ, ਵੀਡੀਓ ਕੈਸਟਾਂ ਇੰਟਰਨੈਟ 'ਤੇ ਅਵੇਲੇਬਲ ਨੇ। ਕੈਸਾ ਆਨੰਦ ਸਾਧ ਸੰਗਤ ਜੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਸਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਵਖਾਣੀ। ਐਸਾ ਸਾਧ ਸੰਗਤ ਜੀ ਆਨੰਦ, ਐਸਾ ਕੀਰਤਨ ਕਰ ਮਨ ਮੇਰੇ, ਈਹਾਂ ਊਹਾਂ ਜੋ ਕਾਮ ਤੇਰੇ। ਸਾਰਾ ਜੀਵਨ ਸਾਧ ਸੰਗਤ ਜੀ ਐਸਾ ਆਨੰਦ ਵਰਤਾਇਆ, ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੇ ਏਕ ਕਣੀ। ਐਸਾ ਨਾਮ ਦਾ ਮੀਂਹ ਵਰਸਾਇਆ, ਰਾੜਾ ਸਾਹਿਬ ਵਿਖੇ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ, ਜਿਸ ਵਿੱਚੋਂ ਕਿਸੇ ਭਾਈ ਨੂੰ, ਕਿਸੇ ਮਾਈ ਭਾਈ ਨੂੰ ਇੱਕ ਕਣੀ ਵੀ ਪ੍ਰਾਪਤ ਹੋਈ ਉਸ ਮੀਂਹ ਦੀ, ਉਸ ਦਾ ਵੀ ਉਧਾਰ ਹੋ ਗਿਆ। ਜਿਵੇਂ ਗੁਰੂ ਜੀ ਦੇ ਬਚਨ ਆ, ਉਹ ਸਾਰੇ ਪੜ੍ਹੋ। ਐਸਾ ਨਾਮ ਦਾ ਮੀਂਹ ਵਰਸਾਇਆ, ਕਰੋੜਾਂ ਦਾ ਉਧਾਰ ਕੀਤਾ ਸਾਧ ਸੰਗਤ ਜੀ ਇੱਕ ਇੱਕ ਕਣੀ ਦੇ ਕਰਕੇ। ਦੇ ਨਾਵੇ ਇੱਕ ਕਣੀ, ਦੇ ਨਾਵੇ ਇੱਕ ਕਣੀ, ਦੇ ਨਾਵੇ ਇੱਕ ਕਣੀ, ਦੇ ਨਾਵੇ ਇੱਕ ਕਣੀ, ਗੁਰਮੁਖ ਕੋਟ ਉਧਾਰ ਦਾ, ਗੁਰਮੁਖ ਕੋਟ ਉਧਾਰ ਦਾ, ਗੁਰਮੁਖ ਕੋਟ ਉਧਾਰ ਦਾ, ਗੁਰਮੁਖ ਕੋਟ ਉਧਾਰ ਦਾ, ਦੇ ਨਾਵੇ ਇੱਕ ਕਣੀ, ਦੇ ਨਾਵੇ ਇੱਕ ਕਣੀ, ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੇ ਏਕ ਕਣੀ। ਸੰਤ ਜੀ ਮਹਾਰਾਜ ਸਾਰਾ ਜੀਵਨ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਬਚਨਾਂ ਔਰ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ ਆਸ਼ੀਰਵਾਦ ਸਦਕਾ ਸਾਰਾ ਜੀਵਨ ਇਹ ਸਿੱਧੀਆਂ ਧਾਰਨਾ ਦੁਆਰਾ ਸਿੱਖ ਜਗਤ ਦੀ ਸੇਵਾ ਕੀਤੀ। ਕੋਈ ਗਿਣਤੀ ਨਹੀਂ ਕਿੰਨੀਆਂ ਸੰਗਤਾਂ ਨੂੰ ਜੋੜਿਆ। ਅੱਜ ਵੀ ਉਹਨਾਂ ਦੇ ਜੋ ਸਰੀਰ ਕਰਕੇ 1974 ਜਾਂ 1975 ਦੇ ਆਪਾਂ ਦੀਵਾਨ ਸਰਵਣ ਕਰ ਲਈਏ, ਉਹਨਾਂ ਵਿੱਚ ਸੰਤ ਮਹਾਰਾਜ ਜੀ ਆਮ ਤੌਰ 'ਤੇ ਇਸ਼ਾਰਾ ਕਰ ਦਿੰਦੇ ਨੇ ਕਿ ਭਾਈ 70 ਸਾਲ ਦਾ ਇਹ ਸਰੀਰ ਹੋ ਗਿਆ, ਬੜਾ ਲੰਮਾ ਸਮਾਂ ਸੇਵਾ ਕੀਤੀ ਹੈ, ਹੁਣ ਇਹ ਸਰੀਰ ਪੁਰਾਣਾ ਹੋ ਗਿਆ, ਹੁਣ ਅੱਗੇ ਵਾਲੀ ਗੱਲ ਨਹੀਂ ਰਹੀ, ਹੁਣ ਵਾਹਿਗੁਰੂ ਨੂੰ ਜਿਵੇਂ ਮਨਜ਼ੂਰ ਹੈ, ਪੁਰਾਣਾ ਹੋ ਗਿਆ, ਵਾਹਿਗੁਰੂ ਇਸ ਨੂੰ ਛੁੱਟੀਆਂ ਵੀ ਦੇਣ ਲੱਗ ਗਿਆ। ਜਿਵੇਂ ਵਾਹਿਗੁਰੂ ਨੂੰ ਮਨਜ਼ੂਰ ਹੋਵੇਗਾ, ਨਦੀ ਨਾਮ ਸੰਜੋਗੀ ਮੇਲੇ ਹੋਣਗੇ। ਹੁਣ ਇਹੋ ਜਿਹੇ ਬਚਨ ਸਾਧ ਸੰਗਤ ਜੀ ਤ੍ਰਿਕਾਲਦਰਸ਼ੀ ਹੀ ਕਰ ਸਕੇਗਾ। ਕੌਣ ਦੱਸ ਸਕਦਾ ਕਿ ਮੈਂ ਸੰਸਾਰ ਤੋਂ ਕਦੋਂ ਚਲੇ ਜਾਣਾ, ਇਹ ਤਾਂ ਉਹਨਾਂ ਨੂੰ ਹੀ ਪਤਾ ਜਿਨ੍ਹਾਂ ਨੇ ਪ੍ਰਗਟ ਕਰ ਲਿਆ ਪਰਮੇਸ਼ੁਰ ਨੂੰ ਆਪਣੇ ਹਿਰਦੇ ਵਿੱਚੋਂ, ਜਿਹੜੇ ਉਸ ਵਿੱਚ ਅਭੇਦ ਹੋ ਗਏ ਨੇ। ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਜਿਹੜੇ ਲੀਨ ਹੋ ਗਏ ਨੇ ਪਰਮੇਸ਼ੁਰ ਵਿੱਚ, ਜਿਨ੍ਹਾਂ ਦੀ ਆਤਮਾ ਪਰਮਾਤਮਾ ਵਿੱਚ ਇੱਕ ਮਿੱਕ ਹੋ ਗਈ ਹੈ, ਉਹੀ ਦੱਸ ਸਕਦੇ ਨੇ ਜਿਨ੍ਹਾਂ ਦੀ ਅਵਸਥਾ ਹੈ ਜਿਸ ਮਰਨੇ 'ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ।
संत जी महाराज आम ही ये बचन अपने अखीरले सालां दे विच करिया कर दे। 74 दे विच संत महाराज जी पहली दफा इंग्लैंड गए, उदों भी कुछ इस तरह के भविखत बचन किए, और 1975 विच जदों अखीरली बार गए उस समय भी इस तरह के बड़े बचन किए। नाल कई दफा ये भी जिक्र करिया कर दे, भाई मौत का नाम सुन के सारा संसार थर थर कंबदा है, सारे मौत का नाम सुन के डर जाते ने, पर सानू मौत का यों चा है जिस तरह किसी का ब्याह होवे, एक दिन पहला कितना चा हुंदा है जां उसनू कई दिन पहला भी बड़ा चा हुंदा है कि मेरा ब्याह वाला दिन आउण वाला है, इस तरह सानू मौत का चा है। कबीर जिस मरने ते जग डरे मेरे मन आनंद, मरने ही ते पाईए पूरन परमानंद। वो साढ़े संसारी जीवां वांग मौत तो डरिया नहीं करते, असी तो मौत नू भुलाई बैठे हाँ कि मरना भी है, खाना पीना हसना सौना विसर गया है मरना, खसम विसार खुआरी किन्नी त्रिग जीवन नहीं रहना। संत महाराज जी भी बचन क्रिया करते, भाई साड़ी हालत यह है, ईट एंड ड्रिंक एंड बी मैरी नथिंग एल्स, बस यो कुछ जिंदगी का मुद्दा बना लिया, पर जिस वास्ते संसार विच आए सो कम नू भुल गए। वो कम की है? वाहिगुरु का नाम, वाहिगुरु का सिमरन। कहण तो भाव संत जी महाराज उस समय बड़े बैराग दे बचन करिया कर दे, अज भी असी सरवण कर सकते हैं संत महाराज जी दीवान। तो समा 1975 का, छोटे संत महाराज संत बाबा किशन सिंह जी महाराज दोहां महापुरखा नूं बाबा तरसिंह जी महाराज रेरू सहवालिया ने बचन किए सन, भाई तुसी दोहां ने सारा जीवन कठिया ने बतीत करना है। संत बाबा किशन सिंह महाराज नूं बचन किया सी, भाई ये भोले ने ईशर सिंह, इन्हां नूं बाला दुनियादारी का पता नहीं, इन्हां दी सेवा हरी दे कीर्तन की है, तो तुहाड़ी सेवा गुरु घर की है, गुरु के लंगलां की, गुरु की कार सेवा की, तुसीं इन्हां दा खास ख्याल रखना है। वो बचन अंत पर्यंत दोहां महापुरखा ने नभा दिता। एक जंगल दे विच दो शेर रहे, मसाल कायम कर दिती, पूर्ण महापुरख हो के एक स्थान ते टिकना बड़ी वड्डी गल, अज तक नहीं हुई, पर महापुरखा ने करके दिखा दिती, बचन कमा के संत हो सागर पार उतरिए, जे को बचन कमावे संतन का सो गुरप्रसादी तरिए, जोत दोहां विच एक सी देखण नूं दो सन, एक जोत दोए मूर्ति तन पिर कही है सोए। इस तरह संत महाराज जी 1975 दे विच वड्डे संत महाराज जी ये बैराग दे बचन क्रिया करदे। कई दफा वो बैरागमई प्रसंग भगत फरीद साहिब जी दे भी सरवण करवाया करदे। भगत फरीद साहिब जी बिरद शरीर हो गया, दो कदम ते लोटा पिया है पानी दा, सोच रहे ने कि मैं इसनू चुका, पर शरीर साथ नहीं दे रहा, मन बैराग विच आउंदा है। ऐ फरीद ओही ये चरण ने पैर ने ओही ये लत्तां ने जिन्हां नाल बड़े बड़े वड्डे जंगल इस संसार नू गाह दित्ता, तुर के अज दो कदम ते पिया लोटा इउं प्रतीत हो रहा है जिवें दो कोह ते पिया होवे, बड़ी दूर पिया होवे। फरीदा इन्नी निक्की जंगी है थल डूंगर भवें ओम, अज फरीदा कूंजड़ा सह खोहां थी ओम, ये लोटा ही साथ संगत जी सौ कोहां ते पिया प्रतीत होंदा है। इस तरह नाल ये बचन चबण चलन तन से सुनियर बह गए। ये दशा सारियां दी होनी है, असी अज नाम नहीं जपदे, साढ़े पास इतनी सुंदर देही है, जह प्रसाद आरोग कंचन देही, लिव लाव हो तिस राम स्नेही। अरोग शरीर है, सब कुछ परमेश्वर ने बख्शे, पर असी शुकराना नहीं करते ये शरीर प्राप्त करके, पर जदों आ जाना है बुढ़ापा,
ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਬਚਪਨ ਤੋਂ ਬਾਅਦ ਜਵਾਨੀ, ਜਵਾਨੀ ਤੋਂ ਬਾਅਦ ਬੁਢਾਪਾ, ਫਿਰ ਇਹ ਹਾਲਤ ਹੋ ਜਾਣੀ ਹੈ। ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਵਿਧ ਪਈ ਤੋ ਉਨ੍ਹਾਂ ਹਰ ਅਸਲੀਨ, ਚੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ। ਸਮਾਂ ਆਵੇਗਾ ਇਹ ਦੰਦ ਟੁੱਟ ਜਾਣੇ ਨੇ ਜਿਨ੍ਹਾਂ ਨਾਲ ਭੋਜਨ ਚਬਾਉਣੇ ਹਾਂ, ਚੱਲਣ ਸੇ ਪੈਰ ਥਿੜਕਣ ਲੱਗ ਜਾਣੇ ਨੇ, ਕੰਨਾਂ ਤੋਂ ਬੋਲਾ ਹੋ ਜਾਣਾ, ਰਤਨਾਂ ਵਰਗੀਆਂ ਅੱਖਾਂ ਦੀ ਜੋਤ ਕੱਟ ਜਾਣੀ ਹੈ। ਜਿਸ ਤਰ੍ਹਾਂ ਭਗਤ ਫਰੀਦ ਜੀ ਦੀ ਬਚਨ ਇਹ ਗਾਥਾ ਸੰਤ ਮਹਾਰਾਜ ਜੀ ਸਰਵਣ ਕਰਵਾਇਆ ਕਰਦੇ ਕਿ ਭਾਈ ਸਰੀਰ ਵੀ ਧਾ ਮਾਰਦਾ, ਫਿਰ ਤੇਰੇ ਨਾਲ ਦੇ ਸੰਗੀ ਸਾਥੀ ਸਭ ਤੁਰ ਗਏ, ਐ ਮਨ ਤੂੰ ਵੀ ਤਿਆਰੀਆਂ ਕਰ, ਤੂੰ ਵੀ ਵਾਹਿਗੁਰੂ ਦਾ ਨਾਮ ਜਪ, ਹੇੜੇ ਮੁੱਤੀ ਤਾ ਸੇ ਜਾਨੀ ਚੱਲ ਗਏ। ਇਉਂ ਮਹਾਂਪੁਰਖ ਇਹ ਧਾਰਨਾ ਵੀ ਪੜ੍ਹਿਆ ਕਰਦੇ ਜਦੋਂ ਇੰਗਲੈਂਡ ਵਿੱਚ ਗਏ, ਦੁਪਹਿਰ ਦਾ ਪ੍ਰਸ਼ਾਦਾ ਛੱਕ ਰਹੇ ਨੇ, ਟੈਲੀਗ੍ਰਾਮ ਆਈ, ਪਤਾ ਲੱਗਿਆ ਸੰਤ ਭਗਵਾਨ ਸਿੰਘ ਜੀ ਰੇਰੂ ਸਾਹਿਬ ਵਾਲੇ ਗੁਰ ਭਾਈ ਸਰੀਰ ਛੱਡ ਗਏ ਨੇ। ਐਸਾ ਅੰਤਰਜਾਮ ਦਾ ਬਚਨ ਸਾਧ ਸੰਗਤ ਜੀ, ਬ੍ਰਹਿਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਿਮ ਗਿਆਨੀ ਕੀ ਗੱਤ, ਬ੍ਰਹਿਮ ਗਿਆਨੀ ਜਾਣੇ। ਪਤਾ ਲੱਗਿਆ ਗੁਰ ਭਾਈ ਸਾਡੇ ਸਰੀਰ ਛੱਡ ਗਏ ਨੇ। ਮੌਜ ਵਿੱਚ ਆ ਕੇ ਕੁਝ ਸਮਾਂ ਚੁੱਪ ਰਹਿ ਕੇ ਫਿਰ ਬਚਨ ਕੀਤਾ, ਵਾਰੀ ਤਾਂ ਸਾਡੀ ਸੀ, ਸੰਤ ਪਹਿਲ ਕਰ ਗਏ, ਪਰ ਹੁਣ ਅਸੀਂ ਇਕੱਠੇ ਹੀ ਜਾਵਾਂਗੇ। ਪਾਸ ਖੜਾ ਸਿਵਾਦਾਰ ਭਾਵੇਂ ਉਸ ਸਮੇਂ ਨਾ ਸਮਝ ਸਕਿਆ ਕਿ ਇਹ ਕੀ ਰਮਜ ਸੀ, ਵਾਰੀ ਸਾਡੀ ਸੀ, ਸੰਤ ਪਹਿਲਾਂ ਚਲੇ ਗਏ, ਪਰ ਇਸ ਗੱਲ ਦਾ ਪਤਾ ਉਸਨੂੰ ਬਾਅਦ ਵਿੱਚ ਲੱਗਿਆ ਜਦੋਂ ਥੋੜ੍ਹੇ ਸਮੇਂ ਬਾਅਦ ਹੀ ਸੰਤ ਮਹਾਰਾਜ ਜੀ 26 ਅਗਸਤ ਨੂੰ ਭਾਣਾ ਵਰਤਾ ਜਾਂਦੇ ਨੇ। ਕਹਿਣ ਤੋਂ ਭਾਵ ਉਸ ਸਮੇਂ ਵੀ ਸੰਤ ਮਹਾਰਾਜ ਜੀ ਅੱਜ ਵੀ ਕੈਸਟਾਂ ਵਿੱਚ ਸੁਣਦੇ ਹਾਂ, ਆਪਣੇ ਭਾਵੇਂ ਗੁਰ ਭਾਈ ਦੇਵ ਯੋਗ ਵਿੱਚ ਭਗਤ ਫਰੀਦ ਜੀ ਦੇ ਸ਼ਬਦ ਦੀ ਟੇਕ ਰੱਖ ਕੇ ਉਹ ਧਾਰਨਾ ਪੜ੍ਹਿਆ ਕਰਦੇ। ਆਓ ਸਾਰੇ ਪੜ੍ਹੋ। ਬਾਲ ਸਖਾਈਆਂ ਦੇ ਮੀਤ ਜਿਹਦੇ ਤੈਨੂੰ ਛੋੜ ਚਲੇ, ਬਾਲ ਸਖਾਈਆਂ ਦੇ ਮੀਤ ਜਿਹਦੇ ਤੈਨੂੰ ਛੋੜ ਚਲੇ, ਬਾਲ ਸਖਾਈਆਂ ਦੇ ਜਿਹਦੇ ਤੈਨੂੰ, ਬਾਲ ਸਖਾਈਆਂ ਦੇ ਬਾਲ ਸੁਖਾਈਆਂ ਦੇ ਮੀਤ ਜਿਹਦੇ ਤੈਨੂੰ ਛੋੜ ਚਲੇ, ਬਾਲ ਸੁਖਾਈਆਂ ਦੇ ਮੀਤ ਜਿਹਦੇ ਤੈਨੂੰ ਛੋੜ ਚਲੇ, ਜਿਹਦੇ ਤੈਨੂੰ ਸੰਗ ਚਲਤ ਹੈ ਹਮ ਪੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਇਹ ਧਾਰਨਾ ਵੀ ਪੜ੍ਹਿਆ ਕਰਦੇ ਭਾਈ, ਕੋਈ ਪਤਾ ਨਹੀਂ ਕਦੋਂ ਸੰਸਾਰ ਤੋਂ ਬੁਲਾਵਾ ਜਾਣਾ। ਰਾੜਾ ਸਾਹਿਬ ਦਾ ਆਖਰੀ ਦੀਵਾਨ ਸਰਵਣ ਕਰ ਸਕਦੇ ਹਾਂ, ਵਿਸਾਖੀ ਤੋਂ ਇੱਕ ਦਿਨ ਪਹਿਲਾਂ ਦਾ, 1975 ਦਾ। ਉਸ ਵਿੱਚ ਵੀ ਸੰਤ ਮਹਾਰਾਜ ਜੀ ਸਮਾਪਤੀ ਵੇਲੇ ਬਚਨ ਆਖ ਰਹੇ ਨੇ। ਭਾਈ ਹੁਣ ਗੁਰੂ ਸਤੋਤਰ ਪੜ੍ਹੋ, ਜਿਵੇਂ ਵਾਹਿਗੁਰੂ ਨੂੰ ਮਨਜ਼ੂਰ ਹੋਵੇਗਾ, ਨਦੀ ਨਾਮ ਸੰਜੋਗੀ ਮੇਲੇ ਹੋਣਗੇ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸਪਰੇ ਕੋ ਜਾਣੇ ਜੋਗੀ ਰਾਮ। ਇਉਂ ਸੰਤ ਮਹਾਰਾਜ ਜੀ ਕਈ ਦਫ਼ਾ ਇਹ ਧਾਰਨਾ ਵੀ ਪੜ੍ਹਿਆ ਕਰਦੇ। ਕਿਤੇ ਹੋਣਗੇ ਸਬਬਾਂ ਨਾਲ ਮੇਲੇ, ਨਦੀਆਂ ਦੇ ਵੈਣ ਵਿਛੜੇ, ਕਿਤੇ ਹੋਣਗੇ ਸਬਬਾਂ ਨਾਲ ਮੇਲੇ, ਨਦੀਆਂ ਦੇ ਵੈਣ ਵਿਛੜੇ, ਸਤਿ ਸ਼੍ਰੀ ਅਕਾਲ।
मेरे प्यारे नदियां दे वैन विछड़े, मेरे प्यारे नदियां दे वैन विछड़े, नाल मेले नदियां दे नदियां दे हाँ जी नदियां वाहब छुनिया नदियां वाहब सुनिया मेला संजोगी राम मेला संजोगी राम जुग जुग मीठा विस्परे जुग जुग मीठा विस्परे को जाने जोगी राम को जाने जोगी राम नदियां वाहब सुनिया नदियां वाहब सुनिया कबीर नौबत अपनी दिन दस लिहो बजाए नदी नाम संजोग ज्यों बहरना मिलह आए संत महाराज जी दे ए बचन सुन के संगतां भी द्रविभूत हो जांदियां संत बाबा किशन सिंह जी महाराज समा आया उन्होंने भी बेनती की सी महाराज इस बार साडा भी मन नहीं कर रहा तुहानू इंग्लैंड भेजण नू भावें तुसीं सारा जीवन सेवा की है असीं कितों भी जाण तों रोकिया नहीं पर इस बार मन कर रहा है कि तुसीं ना जावो पर वड्डे महापुरखां ने बचन किया कि इस बार आ गया दे दिओ मुड़ के तुहाडे कोलों किते दूर नहीं जावांगे उह तां अज भी हाजर नाजर ने पर संगतां जुड़दियां ने जे समय उह शरीर विच हुंदे ने क्योंकि कोई विध बणदी है हर का सेवक सो हर जीहा भेद ना जाणो माण सदेहा दे करके कोई फर्क नहीं करना चाहिदा असीं दर्शनी उहनां दे करके करदे हाँ रोहो विचार दिलिए रिपोर्ट ते संत महाराज जी का जो खीरला बचन सी संगतां नूं जो साढ़े सारयां दे मन्नण योग है कहण लगे पाईए देह ने तां विनाश हो जाणा है दे सारयां दी बिनसुनहार है ये फानी संसार तो सब ने चले जाने दे नासवंत चीज़ है शब्द मिलावा होत है देह मिलावा नाही शब्द नाल जुड़िए गुरु जी का भी वचन है जो प्रभु को मिल वो चहै खोज शब्द मैं ले जो सानू मिलना चाहुंदा है वो अपने आप नू शब्द नू खोजे
ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕੰਮ। ਦਿਲ ਨੂੰ ਖੋਜੋ ਸ਼ਬਦ ਨੂੰ ਖੋਜੋ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਮਹਾਂਪੁਰਖਾਂ ਦੇ ਬਚਨ ਭਾਈ ਸ਼ਬਦ ਨਾਲ ਜੁੜੋ, ਅੰਤਮ ਸਵਾਸਾਂ ਤੱਕ ਹਰੀ ਦੇ ਕੀਰਤਨ ਦੀ ਸੇਵਾ ਕਰਦੇ ਹੋਏ। ਅਖੀਰਲਾ ਬਚਨ ਜਥੇਦਾਰ ਸਾਹਿਬ ਜੀ ਨੂੰ ਜਦੋਂ 25 ਅਗਸਤ ਦੀ ਰਾਤ ਨੂੰ ਕੀਰਤਨ ਦੀਵਾਨ ਸਜਾ ਕੇ ਆਏ, ਜਿੱਥੇ ਰਿਹਾਇਸ਼ ਸੀ, ਸਿੰਘ ਵੀ ਜਥੇ ਦੇ ਕੁਝ ਪਾਸ ਸਨ, ਕਮਰੇ ਦੇ ਵਿੱਚ ਜਾਣ ਲੱਗੇ। ਜਥੇਦਾਰ ਜੀ ਨੂੰ ਕਹਿਣ ਲੱਗੇ, ਜਥੇਦਾਰਾ ਇਹ ਸਰੀਰ ਹੁਣ ਪੁਰਾਣਾ ਹੋ ਗਿਆ, 70 ਸਾਲ ਦੀ ਆਜੂ ਹੋ ਗਈ ਹੈ। ਇੱਕ ਗੱਲ ਦੱਸੋ, ਜੇ ਕਿਸੇ ਤੋਂ ਕੋਈ ਚੀਜ਼ ਉਧਾਰੀ ਲਈਏ, ਜਦੋਂ ਵਾਪਸ ਕਰੀਏ, ਅੱਖਾਂ ਉਹੀ ਰਹਿੰਦੀਆਂ ਨੇ ਜਾਂ ਬਦਲ ਜਾਂਦੀਆਂ ਨੇ? ਜਥੇਦਾਰ ਜੀ ਖੁੱਲ੍ਹੇ ਡੁੱਲੇ ਸੁਭਾਅ ਦੇ ਸਨ, ਕਹਿਣ ਲੱਗੇ, ਮਹਾਰਾਜ ਬਦਲ ਜਾਂਦੀਆਂ ਨੇ। ਕਹਿਣ ਲੱਗੇ, ਨਹੀਂ, ਕੋਈ ਕਰੋੜਾਂ 'ਚੋਂ ਇੱਕ ਅੱਧ ਹੁੰਦਾ ਹੈ ਜਿਹੜਾ ਦੇਣ ਵੇਲੇ ਵੀ ਅੱਖਾਂ ਵਾਪਸ ਉਹੀ ਰੱਖਦਾ, ਉਸ ਦੀਆਂ ਅੱਖਾਂ ਬਦਲਦੀਆਂ ਨਹੀਂ। ਜਥੇਦਾਰ ਜੀ ਮੁਸਕਰਾ ਕੇ ਕਹਿਣ ਲੱਗੇ, ਮਹਾਰਾਜ ਜੀ ਕਰੋੜਾਂ 'ਚੋਂ ਤਾਂ ਅੱਗੇ ਹੁੰਦਾ ਹੋਵੇਗਾ, ਹੁਣ ਤਾਂ ਅਰਬਾਂ ਵਿੱਚੋਂ ਹੀ ਕੋਈ ਇੱਕ ਅੱਧ ਹੋਵੇਗਾ। ਕਹਿਣ ਲੱਗੇ ਭਗਤ ਕਬੀਰ ਜੀ ਦਾ ਸਲੋਕ ਆਪਣੇ ਪਵਿੱਤਰ ਮੁਖ ਤੋਂ, ਸੰਤ ਮਹਾਰਾਜ ਜੀ, ਕਬੀਰ ਜੈਸੀ ਉਪਜੀ ਪੇੜ 'ਤੇ ਜੋ ਤੈਸੀ ਨਿਭ ਹੈ ਓੜ, ਜਿਸ ਤਰ੍ਹਾਂ ਮਾਤਾ ਦੇ ਉਧਰ ਤੋਂ ਲੈ ਕੇ ਉਪਜਦੀ ਹੈ ਇਹ ਜੀਵ ਜੇਕਰ ਅੰਤ ਪ੍ਰਯੰਤ, ਉਵੇਂ ਜਿਵੇਂ ਆਪਦਾ ਜੀਵਨ ਗੁਰੂ ਦੇ ਚਰਨਾਂ ਦੇ ਨਾਲ ਨਿਭਾ ਦੇਵੇ, ਜਿਸ ਤਰ੍ਹਾਂ ਉਹ ਘਰ ਤੋਂ ਜਗਿਆਸੂ ਚੱਲ ਕੇ ਆਉਂਦਾ, ਮਨ ਵਿੱਚ ਇੱਛਾ ਲੈ ਕੇ, ਜੇਕਰ ਉਹ ਇੱਛਾ ਪੂਰਨ ਹੋ ਕੇ ਨਿਭ ਜਾਵੇ ਪ੍ਰੀਤੀ, ਉਸ ਵਰਗੀ ਕੋਈ ਰੀਸ ਨਹੀਂ, ਉਸ ਦਾ ਮੁੱਲ ਕਰੋੜਾਂ ਹੀਰੇ ਜਵਾਹਰਾਤ ਵੀ ਨਹੀਂ ਪਾ ਸਕਦੇ। ਇਹ ਬਚਨ ਇਤਿਆਦ ਕੀਤੇ ਅਤੇ ਉਹ ਸਮੇਂ ਭਾਵੇਂ ਜਥੇਦਾਰ ਜੀ ਦੱਸਿਆ ਕਰਦੇ ਆਪਣੇ ਦੀਵਾਨਾਂ ਵਿੱਚ ਕਿ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮਹਾਂਪੁਰਖ ਸੰਤ ਮਹਾਰਾਜ ਜੀ ਪਾਣਾ ਵਰਤਾਉਣਗੇ, ਕਿਹਾ ਕਰਦੇ ਕਿ ਮੇਰੀ ਇਹ ਇੱਛਾ ਸੀ ਕਿ ਮੈਂ ਬਚਨ ਕਰਾਂ ਸੰਤ ਮਹਾਰਾਜ ਨਾਲ, ਮਹਾਰਾਜ ਜੀ ਤੁਸੀਂ ਇਸ਼ਾਰੇ ਕਰ ਰਹੇ ਹੋ, ਜੇਕਰ ਆਪਨੇ ਪਾਣਾ ਵਰਤਾਉਣਾ ਹੀ ਹੈ ਤਾਂ ਤੁਸੀਂ ਸਰੀਰ ਸਮੇਤ ਸੱਚਖੰਡ ਜਾਇਓ, ਸਾਡੇ ਤੋਂ ਬਾਅਦ ਦੇ ਵਿੱਚ ਇਹ ਸਮਾਂ ਨਹੀਂ ਦੇਖ ਹੋਣਾ। ਜਥੇਦਾਰ ਜੀ ਕਿਹਾ ਕਰਦੇ, ਪਰ ਮੈਨੂੰ ਸੰਤ ਮਹਾਰਾਜ ਨੇ ਮੌਕਾ ਨਹੀਂ ਦਿੱਤਾ ਇਹ ਬਚਨ ਕਹਿਣ ਦਾ। ਉਸ ਸਮੇਂ ਕਈਆਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਬਿਲਕੁਲ ਵੀ, ਕੈਂਪੇ ਕੋਲੇ ਵਾਲੇ ਸਰਦਾਰ ਉਹਨਾਂ ਦੇ ਲੜਕੇ ਨੂੰ ਵੀ ਸੰਤ ਮਹਾਰਾਜ ਜੀ ਨੇ ਬਚਨ ਕੀਤੇ ਸਨ। ਇਹ ਬਚਨ ਤਾਂ ਭਾਵੇਂ ਆਪਾਂ ਸਾਰੀ ਭਲੀ ਪ੍ਰਕਾਰ ਜਾਣਦੇ ਹਾਂ, ਮਹਾਂਪੁਰਖਾਂ ਤੋਂ ਵੀ ਸਰਵਣ ਕਰਦੇ ਹਾਂ, ਪਰ ਵਾਰੰਵਾਰ ਵਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਏ, ਜਿੰਨੀ ਵਾਰੀ ਉਹਨਾਂ ਦੇ ਬਚਨ ਗਾ ਲਈਏ, ਸੁਣ ਲਈਏ, ਹਰ ਵਾਰ ਕੁਝ ਨਾ ਕੁਝ ਰਸ ਆਨੰਦ ਪ੍ਰਾਪਤ ਹੁੰਦਾ। ਉਹ ਬੋਬੀ ਨੂੰ ਵੀ ਆਖਿਆ ਸੀ ਜਦੋਂ ਸੰਤ ਮਹਾਰਾਜ ਜੀ ਦਸਤਾਰ ਸਜਾ ਰਹੇ ਸਨ, ਉਹ ਕਮਰੇ ਵਿੱਚ ਐਂਟਰ ਹੋ ਗਿਆ, ਕਹਿਣ ਲੱਗੇ ਇੰਗਲਿਸ਼ ਵਿੱਚ, ਬੋਬੀ ਮਾਈ ਟਾਈਮ ਹੈਜ਼ ਕਮ, ਆਈ ਹੈਵ ਟੂ ਗੋ। ਉਸਨੇ ਸੋਚਿਆ ਕਿ ਸੰਤ ਮਹਾਰਾਜ ਜੀ ਆਪਣੀ ਫਲਾਈਟ ਦੀ ਗੱਲ ਕਰ ਰਹੇ ਨੇ, ਜਦੋਂ ਇੰਗਲੈਂਡ ਜਾਣ ਤੋਂ ਇਹ ਪਹਿਲਾਂ ਦਾ ਬਚਨ ਨੇ। ਉਹ ਕਹਿਣ ਲੱਗਿਆ, ਨਹੀਂ ਜੀ ਮਹਾਰਾਜ, ਹਜੇ ਤਾਂ ਬੜਾ ਸਮੇਂ, ਹਜੇ ਤਾਂ ਆਪਣੇ ਪਰਿਵਾਰ ਨੇ ਤੁਹਾਡੇ ਦਰਸ਼ਨ ਕਰਨੇ ਨੇ। ਕਹਿਣ ਲੱਗੇ ਬੋਬੀ, ਨਹੀਂ ਤੂੰ ਸਮਝਿਆ ਨਹੀਂ, ਆਈ ਹੈਵ ਟੂ ਗੋ, ਮਾਈ ਟਾਈਮ ਹੈਜ਼ ਕਮ। ਉਹ ਚੁੱਪ ਕਰ ਗਿਆ, ਉਸਨੂੰ ਸਮਝ ਨਹੀਂ ਲੱਗੀ, ਕਿਉਂਕਿ ਕੌਣ ਜਾਣ ਸਕਦਾ ਹੈ ਸਾਧ ਸੰਗਤ। ਗਦ ਬ੍ਰਹਿਮ ਗਿਆਨੀ ਦੀ ਪਿਆਰਿਓ, ਬ੍ਰਹਿਮ ਗਿਆਨੀ ਜਾਣੇ, ਗਦ ਬ੍ਰਹਿਮ ਗਿਆਨੀ ਦੀ ਪਿਆਰਿਓ, ਬ੍ਰਹਿਮ ਗਿਆਨੀ ਜਾਣੇ, ਬ੍ਰਹਿਮ ਗਿਆਨੀ ਜਾਣੇ ਪਿਆਰਿਓ, ਬ੍ਰਹਿਮ ਗਿਆਨੀ ਜਾਣੇ ਪਿਆਰਿਓ, ਬ੍ਰਹਿਮ ਗਿਆਨੀ ਜਾਣੇ
ब्रह्म ज्ञानी जाने प्यारियो ब्रह्म ज्ञानी जाने प्यारियो ब्रह्म ज्ञानी जाने प्यारियो ब्रह्म ज्ञानी जी प्यारियो ब्रह्म ज्ञानी जाने सत ब्रह्म ज्ञानी जी ब्रह्म ज्ञानी जाने सत ब्रह्म कौन जान सकते उन्हां महापुरखां दी अवस्था नूं साध संगत समा आया 26 अगस्त नूं अमृत वेले जिस तरह सप कुंज नूं त्याग दिंदा है हाथी अपने गल दे विचों फुलां वाली माला ला दिंदा है इस तरह ज्यों जल मैं जल आए खटाना त्यों जोती संग जोत समाना मिट गए गवन पाए विश्राम नानक प्रभ कै सद कुरबान ਉਹਨਾਂ ਦੇ ਬਚਨ ਸੱਚ ਹੋ ਗਏ ਇਸ ਤਰ੍ਹਾਂ ਸਰੀਰ ਨੂੰ ਛੱਡਿਆ ਸਾਧ ਸੰਗਤ ਜਿਵੇਂ ਸੱਪ ਕੁੰਜ ਨੂੰ ਤਿਆਗ ਦਿੰਦਾ ਹੈ ਅਤੇ ਇੱਥੇ ਫਿਰ ਭਗਤ ਕਬੀਰ ਜੀ ਦੇ ਬਚਨ ਜਿੱਥੋਂ ਵਿਚਾਰ ਸ਼ੁਰੂ ਹੋਈ ਸੀ ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਨਰਾਰੀ ਰੇ ਅੱਜ ਵੀ ਸੰਸਾਰ ਉਹਨਾਂ ਨੂੰ ਯਾਦ ਕਰ ਰਿਹਾ ਹੈ ਆਵੇ ਨਾ ਜਾਵੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ ਤਦੇ ਹੀ ਉਹਨਾਂ ਦੀ ਮਹਿਮਾ ਸੰਸਾਰ ਦੇ ਨਾਲੋਂ ਨਿਰਾਲੀ ਹੈ ਗੁਰਮੁਖ ਆਏ ਜਾਏ ਨੇ ਸੰਗ ਹਰ ਕੀ ਸੇਵਕ ਜੋ ਹਰ ਪਾਏ ਦਿਨ ਕੀ ਕਥਾ ਨਿਰਾਰੀ ਰੇ ਹਰ ਕੀ ਸੇਵਕ ਜੋ ਹਰ ਪਾਏ ਕਥਾ ਨਿਰਾਰੀ ਰੇ ब्रह्म संगारी रे आवे ना जावे ना कबू मरते पार ब्रह्म संगारी रे ब्रह्म संगारी रे हर की सेवक जो हर पाई दिन की कथा निरारी हर की सेवक जो हर पाई दिन की कथा निरारी रे हर की सेवक जो हर पाई दिन की कथा आवे ना जावे ना कबहू मरते पार ब्रह्म संगारी रे पुत्र कलत्र लक्ष्मी माया एह तज हो जी जानी रे कह कबीर सुनो रे संत हो मिल है सारंग पानी रे
ऐसे महापुरख ओही रूप सन। फिर संत किशन सिंह महाराज जी उन्होंने भी अगे फिर कितने महापुरख बना दिते कोई गिणती नहीं। सेवा विच जिहड़े भी रहे सारे महापुरख संत जन बन गए। जथेदार साहिब जी बाबा महेंद्र सिंह जी सचखंड वासी वैराग और त्याग दी मूर्त संत बाबा तेजा सिंह जी महाराज पोरा साहिब राड़ा साहिब वाले श्रीमान जी बाबा जी संत बाबा बलवंत सिंह जी महापुरख लंगरां वाले संत ज्ञानी करम सिंह जी जिन्हां दी याद विच आपां जुड़ बैठे हां। बाबा मेवा सिंह जी कितने महापुरख बना दिते अपने विच ही अपेद हो गए। जिन सेविया मेरा हर जी ते हर हर रूप समासी। तां ते आओ आपां भी महापुरखां दी जीवन जांच लै करके उन्हां दे पावन जीवन तो अपने जीवन नूं सफला करिए। वाहिगुरु दे नाल जुड़ के खंडे बाटे दा अमृत छक के गुरु वाले बन के महापुरखां दी संगत करके ये पव सागर तो पार उतरीए। यह लोक सुखिए परलोक सहेले नानक हर प्रभ आप ही मेले। जितनिया भी विचारां संखेप मात्र असीं कीतियां ने भाई इन्हां दा भाव सारियां संगतां ने अरदास करनी है महाराज साढ़े हिरदियां ते वसाउणा। आप सारियां संगतां दा धन्नवाद जो दूरों नेड़ियों चल करके महापुरखां दी याद विच जुड़ बैठे हो। इस तरह नाल गुरमुख प्यारियां दा धन्नवाद जिन्हां दे सहयोग दे नाल दास नूं आप सारियां संगतां दे दर्शन करन दा सुभाग प्राप्त होया है। दास तो पहलां भी संत बाबा अमर सिंह जी हाजरी भर के गए ने। उन्हां महापुरखां दा भी धन्नवाद कोटान कोट शुकराना। धन्नवाद साहिब श्री गुरु ग्रंथ साहिब महाराज जिन्हां दी कृपा नाल आपां सारियां संगतां जुड़ बैठे हाँ लाहे प्राप्त कर रहे हाँ। आओ सारी संगत हुण समा भी आ गया नहीं दे रहा। सारी संगत आनंद साहिब दा जाप करो परंत गुरु स्तोत्र विच बोलना प्रधान अरदास विच एक मन एक चित हो के जुड़ना है। परंत गुरु बाबा जी दा हुक्मनामा सरवण करना है। आओ सारी संगत जिहड़े माई भाई पहलां धारना विच नहीं बोल सके उन्होंने आनंद साहिब और गुरु स्तोत्र विच बोल के अपनी रसना नूं पवित्र और सफली बनाउणा है। सिख हो शब्द प्यारे हो जन्म मरण की टेक मुख उजल सदा सुखी नानक सिमरत एक। एहो अरदास करिए साध संग प्रभ देहो निवास सर्ब सुख नानक प्रगास। अंतर जामी पुरख विधाते शरदा मन की पूरे नानक दास है सुख मांगे मोको कर संतन की तूरे। राम कली महला तीजा आनंद एको अंकार सतगुर प्रसाद। आनंद पिया मेरी माए सतगुरु में पाया। सब दो तांगा वो हरी केरा मन जिन्नी वसाया। हरनागर हो तू मन मेरे दुख सब विसारना। कह नानक मन मेरे सदा रहो हर नाले। सदा सिद्ध सलाह तेरी नाम मन वसावे। साचना मेरा आधारो साचना में आधार मेरा जिन भुखा सब गवाइया।
कहे नानक सुन हो संत हो शब्द करो प्यारो साचा। कहे नानक तह सुख हुआ जित कर अनहद वाजे। दुख रोग संताप उतरे सुनी सच्ची बाणी। बिनवंत नानक गुर चरण लागे वाजे अनहद तुरे सलोक। चंगियाईया बुरियाईया वाचे धर्म हजूर। नानक ते मुखी उजले कीती छुट्टी नाल जिनी नाम। तन है दान है गुरु नानक साहिब तन है। तन है तन है गुरु अंगद साहिब जी तन है। तन है तन है तन है गुरु अमरदास जी तन है। तन है तन है गुरु रामदास जी तन है। तन है तन है तन है गुरु अर्जन साहिब तन है। तन है तन है तन है गुरु हरगोविंद साहिब तन है। तन है तन है तन है गुरु श्री हर राय जी तन है। तन है तन है तन है गुरु श्री हर कृष्ण जी तन है। तन है तन है तन है गुरु तेग बहादुर तन है। तन है तन है तन है गुरु गोविंद सिंह जी तन है।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਬਿਨਾਂ ਪੰਥ ਖਾਲਸਾ ਧੰਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਾਸ਼ ਨਾ ਲੱਗੇਗਾ ਮੋਲ ਪਿਆਰਿਆ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੋਂ